ਅਲੀ ਦੀਆਂ ਧੀਆਂ ਲੁੱਟੀਆਂ ਗਈਆਂ। ਇਹ ਚੌਥਾ ਇਮਾਮ ਹੈ, ਜ਼ਾਲਮਾਂ ਤੇ ਲਾਨਤ ਹੋਵੇ। ਇਹ ਚੌਥਾ ਇਮਾਮ ਹੈ, ਯਜ਼ੀਦ ਦਾ ਦਰਬਾਰ ਹੈ। ਇਸ ਚੌਥੇ ਇਮਾਮ ਦੀ ਛੋਟੀ ਭੈਣ ਹੈ, ਬਿਰਾ ਦਾ ਦਮ ਨਪ ਕੇ ਆਦੀ ਹੈ ਸੱਜਾਦ, ਹੁਣ ਭੈਣ ਥੱਕ ਪਈ ਹੈ। ਮਿਹਰਬਾਨੀ, ਹੁਣ ਤੱਕ ਦਰਦਾਂ ਦੇ ਕੁਰਾਨ ਦਾ ਕੋਈ ਜ਼ਾਕਿਰ ਕਿਹੜਾ ਐਸਾ ਪੜ੍ਹ ਸੀ, ਕੋਈ ਕਿਹੜਾ ਪੜ੍ਹ ਸੀ। ਮਸੈਬ ਇੱਕ ਬਹੁਤ ਵੱਡਾ ਸਮੁੰਦਰ ਹੈ ਡੂੰਘਾ, ਜਿਹੜਾ ਇੱਕ ਜੁਮਲਾ ਮੈਂ ਤੇਰੀ ਝੋਲੀ 'ਚ ਪਿਆ ਪੈਂਦਾ। ਆਦੇ ਵੀਰ ਭੈਣ ਥੱਕ ਪਈ ਹੈ। ਅਚਾਨਕ ਦਰਬਾਰ ਸ਼ੋਰ ਉੱਠੇ, ਰਸਤਾ ਦਿਓ ਬਾਦਸ਼ਾਹ ਦੀ ਧੀ ਇਹਨਾਂ ਕੈਦੀਆਂ ਨੂੰ ਮਿਲਣੇ। ਹਾਏ ਉਹ ਜਿਹੜੀ ਜਿਗਰ ਚ ਖੁਦ ਨਿਕਲੇ, ਮਾਲਕਾਂ ਦੇ ਪੁਰਾਣੇ ਨੌਕਰ ਹੈ, ਮੈਂ ਮਿੰਨਤ ਕਰਾਂ ਤੇ ਵੱਧ ਤੂੰ ਹਾਏ ਕਰੇ ਨਾ। ਦਰਦਾਂ ਵਾਲੀ ਤਾਰ ਅਗਰ ਮਸਾਹਿਬ ਨਾਲ ਮਿਲੀ ਹੋਈ ਹੈ ਤਾਂ ਹਾਏ ਖੁਦ ਨਿਕਲ ਵੈਸੀ। ਇੱਕ ਛੋਟੀ ਜਿਹੀ ਬੱਚੀ ਹੈ, ਲੁੱਟੇ ਕਾਫਲੇ ਨੂੰ ਵੇਦਿਆਂ, ਬੱਚਿਆਂ ਨੂੰ ਆਪਣੇ ਸਨ ਦੇ ਬੱਚਿਆਂ ਨਾਲ ਰਗਬਤ ਹੁੰਦੀ ਹੈ। ਇੱਕ ਮਾਸੂਮਾਂ ਦੇ ਕੋਲ ਇਹਦੇ ਕਦਮ ਰੁਕੇ, ਮਾਸੂਮਾਂ ਦੇ ਮੋਢੇ ਤੇ ਹੱਥ ਰੱਖ। ਅੱਛਾ, ਇਸ ਲਫ਼ਜ਼ ਦੀ ਮੈਂ ਮਾਫ਼ੀ ਮੰਗਸਾਂ, ਕਹਿੰਦੇ ਜਿਗਰ ਤੇ ਅਗਰ ਜ਼ਰਬ ਲੱਗੇ ਕਿ ਬੇਨਿਆਜ਼ ਜੋ ਹੈ ਵਕਤ ਜੋ ਬਦਲ ਦੇਣ, ਘਰ ਦੀ ਕਨੀਜ਼ ਦੀ ਧੀ ਮੇਰੀ ਸੈਣ ਦੇ ਮੋਢੇ ਤੇ ਹੱਥ ਰੱਖ ਕੇ ਪਈ ਆਦੀ ਹੈ ਛੋਟੀ ਕਹਿ ਦੇਣ। ਵਾਹ ਵਾਹ, ਉਹ ਨੱਥਕਣ ਵਾਲੀ ਕੌਮ, ਇਤਨੇ ਸੋਹਣੇ ਮਸਾਹਿਬ ਪਹਿਲੇ ਹੋ ਚੁੱਕੇ ਨੇ, ਲੇਕਿਨ ਮੇਰਾ ਹਿੱਸਾ ਸੈਣ ਮੈਨੂੰ ਪਹਿਲੇ ਲਫ਼ਜ਼ ਚ ਹੀ ਦੇ ਛੋੜਾ। ਛੋਟੀ ਕਹਿ ਦੇਣ ਮਾਸੂਮਾ ਆਦੀਏ ਜੀ, ਇਹ ਆਦੀਏ ਤੁਸਾਂ ਕਿੱਥੋਂ ਦੇ ਕੈਦੀ ਹੋ? ਓ ਵਾਹ 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 ਬੀਬੀ ਆਦੀ, ਪਹਿਲੇ ਤੂੰ ਰਸਾ, ਤੂੰ ਕੌਣ ਹੈ? ਇਹ ਬੜੇ ਫਖਰ ਨਾਲ ਆਦੀਏ, ਮੈਂ ਤਾਂ ਬਾਦਸ਼ਾਹ ਦੀ ਧੀ ਹਾਂ। ਯਾਰ ਜ਼ਾਕਰੀ ਲਫ਼ਜ਼ ਹੁੰਦੇ ਨੇ, ਕੋਈ ਪੱਥਰ ਤੀਰ ਤਾਂ ਨਹੀਂ? ਬੀਬੀ ਤੜਪ ਕੇ ਆਦੀਏ, ਹਾਂ ਤਾਂ ਮੈਂ ਵੀ ਬਾਦਸ਼ਾਹ ਦੀ ਧੀ। ਹਾਂ, ਤੂੰ ਦੁਨੀਆਂ ਦੇ ਬਾਦਸ਼ਾਹ ਦੀ, ਮੈਂ ਦਾਰੈਨ ਦੇ ਬਾਦਸ਼ਾਹ ਦੀ। ਮੈਂ ਸਮਝਾ ਬੜਾ ਇਹ ਤਵੀਲ ਜਿਹਾ ਬਜ਼ੁਰਗ ਜ਼ਾਕਰਨ ਦਾ ਇਹ ਮਜ਼ਮੂਨ ਹੈ, ਮੈਂ ਵਿੱਚ ਖੁਲਾਸਾ ਚੁਣ ਕੇ ਤੇ ਵੈਣ ਦੇ ਕਰੀਬ ਮੁਕਾਣੀਆਂ ਨੂੰ ਲੈ ਆਵਾਂ ਤੇ ਤੁਹਾਡੇ ਹਵਾਲੇ ਮਿੰਬਰ ਕਰਾਂ। ਸਾਦਾਤ ਮੁਮਨੀਨ, ਰਮਲਾ ਆਦੀਏ, ਮੈਂ ਅਗਰ ਦਾਅਵਾ ਕੀਤਾ ਹੈ ਸ਼ਹਿਜ਼ਾਦੀ ਹੋਵਣ ਦਾ, ਤਾਂ ਮੇਰੇ ਕੋਲ ਤਾਂ ਨਿਸ਼ਾਨੀਆਂ ਮੌਜੂਦ ਹਨ ਇਮਾਰਤ ਦੀਆਂ, ਮੇਰਾ ਲਿਬਾਸ ਵੀ ਸੋਹਣਾ, ਮੇਰੇ ਦੌਰ ਵੀ ਕੀਮਤੀ। ਉਹ ਬੰਦਾ ਵੱਡਾ ਅਮੀਰ ਹੈ ਜਿਹਦਾ ਕਲੇਜਾ ਨਹੀਂ ਹੱਲਾ, ਜਿਹਨਾਂ ਬੰਦਾ ਹਾਏ ਨਹੀਂ ਕੀਤੀ, ਲਫ਼ਜ਼ੇ ਤੁਰ ਆਇਆ ਮਾਸੂਮਾ ਪਿਓ ਦੀ ਸਾਂਘ ਰਿੱਠੇ। ਆਦੀ ਇਬਰਤ ਦਾ ਕੁੱਠਾ ਬਾਬਾ, ਅਗਰ ਆਖੇ ਤਾਂ ਰਮਲਾ ਕੋ ਦੱਸਾਂ ਜੋ ਇਹ ਦੁਰ ਕਹਿੰਦੇ ਪਾਈ। ਜੀਓ ਜੀਓ ਬਈ, ਮਜ਼ਲੂਮਾ ਦੇ ਨਾ ਮੇਰਾ ਬਚੜਾ, ਅਜਾ ਵਕਤ ਨਿਭਾ। ਜ਼ਮਾਨੇ ਨੂੰ ਪਤਾ ਲੱਗ ਸੀ ਜੋ ਅਸਾਂ ਕੌਣ ਹੈ, ਲੇਕਿਨ ਥੋੜ੍ਹਾ ਜਿਹਾ ਇਸਤਕਲਾਲ ਵਧਾ, ਸਬਰ ਕਰ ਬੀਬੀ ਆਦੀ ਰਮਲਾ। ਚਲੋ, ਇਹ ਤੈਨੂੰ ਅਮਾਰਤਾ ਨਸੀਬ,
ਇਹ ਤੈਨੂੰ ਦੁਰ ਨਸੀਬ ਸਾਡੀ ਆਪਣੀ ਕਿਸਮਤ ਰਮਲਾ ਦੀ ਕਿਸਮਤ ਦੇ ਵਹਿਣ ਨਾ ਕਰ ਮੈਨੂੰ ਤੇਰੇ ਨਾਲ ਹਮਦਰਦੀ ਮਹਿਸੂਸ ਹੋ ਰਹੀ ਹੈ ਮੈਂ ਤੇਰੇ ਕਿਸੇ ਕੰਮ ਆਉਣਾ ਚਾਹੁੰਦੀ ਹਾਂ ਬੀਬੀ ਆਦੇਵਤ ਜੋ ਮੈਂ ਮੰਗਾ ਉਹ ਕੰਮ ਕਰੇ ਸੇ ਆਦੀ ਹੁਕਮ ਬੀਬੀ ਆਦੀ ਉਹ ਆਖਰੀ ਸਾਂਗ ਵਾਲਾ ਸਰ ਮੰਗਾ ਦੇ ਜਿਨ੍ਹਾਂ ਵੈਣ ਕੀਤੇ ਨਾਲ ਸੋਚਾ ਵੀ ਉਸਨੇ ਕਿ ਸਰ ਤਾਂ ਢੇਰ ਹਨ ਬੀਬੀ ਕਿਹੜੇ ਸਰ ਦੀ ਫਰਮਾਇਸ਼ ਕੀਤੀ ਤਾਂ ਮੈਂ ਆਪਣੇ ਬੱਚਿਆਂ ਵਾਸਤੇ ਗੱਲ ਖੋਲਣਾ ਚਾਹ ਬਜ਼ੁਰਗ ਜ਼ਾਕਰੀਨ ਪੜਦੇ ਹਨ ਕਿ ਮੁੱਦਤ ਬਾਅਦ ਭੇਣ ਦੇ ਹੱਥਾਂ ਤੇ ਨਿੱਕੇ ਭਰਾ ਦਾ ਸਰ ਹੈ ਅੱਜ ਰੱਜ ਕੇ ਮਿਲੀ ਨਾਈ ਰਮਲਾ ਘਬਰਾ ਗਈ ਅਦੀ ਮਾਸੂਮਾ ਥੋੜੀ ਜਿਹੀ ਦੇਰ ਵਾਸਤੇ ਇਹ ਸਰ ਮੈਂ ਕੋ ਵਾਪਸ ਲੈਣੀ ਮਜ਼ਮੂਨ ਦਾਈਆ ਬੜਾ ਰਮਜ਼ੀਆ ਤੇ ਰੁੱਖਾ ਮੰਜ਼ਰ ਉਹਦੇ ਬਾਅਦ ਵੈਣ ਬੀਬੀ ਆਦੀ ਜਾਂ ਤਾਂ ਸਰ ਦਿੱਤਾ ਨਾ ਹੋਵੀ ਆ ਅਗਰ ਦਿੱਤਾ ਹੀ ਤਾਂ ਵਤ ਜਲਦੀ ਵਲਵੇਂਦੀ ਕਿਉਂ ਹੈ ਆਦੀ ਮੈਂ ਸਾਂਗ ਤੇ ਨਹੀਂ ਚੜ੍ਹੇਂਦੀ ਮੈਂ ਇਹ ਸਰ ਆਪਣੇ ਮਹੱਲੇ 'ਚ ਖਿੰਡਵੈਂਦੀ ਹਾਂ ਔਰ ਡਰ ਵੀ ਨਹੀਂ ਮੇਰੀ ਮਾਂ ਹੈ ਮਦੀਨੇ ਵਾਲੇ ਸਹਿਦਾਂ ਦੀ ਕਨੀਸ ਸ਼ੁਕਰ ਹੈ ਯਾਰ ਇਹ ਕੋਈ ਬਾਣੀ ਦਾ ਖਲੂਸ ਹੈ ਕਿ ਮੁਸਲਸਲ ਇਤਨਾ ਸੋਹਣਾ ਗਿਰੀਆ ਕਰ ਰਹੇ ਹੋ ਮੈਂ ਆਪਣੀ ਮਾਂ ਨੂੰ ਵੰਜ ਕੇ ਵਿਖਾਵਾਂ ਤਾਂ ਸਹੀ ਮੇਰੀ ਮਾਂ ਨੂੰ ਪਤਾ ਤਾਂ ਲੱਗੇ ਕਰਬਲਾ 'ਚ ਜੰਗ ਨਹੀਂ ਹੋਈ ਜ਼ੁਲਮ ਹੋਇਆ ਭਲਾ ਹੋਵੇ ਮਦੀਨੇ ਦਾ ਨਾਮ ਹੈ ਬੀਬੀ ਆਦੀ ਠੀਕ ਹੈ ਲੇਕਿਨ ਜ਼ਿਆਦਾ ਦੇਰ ਨਾ ਕਰੇ ਆਪਣੀ ਮਾਂ ਨੂੰ ਇਹ ਸਰ ਮਿਲਵਾ ਕੇ ਵਤ ਵਲਾ ਕੇ ਨਾਵੇ ਜੋ ਇਹਦੇ ਬਗੈਰ ਮੇਰੀ ਨਿਭਦੀ ਨਹੀਂ ਸਰ ਲੈ ਗਈ ਮਾਂ ਨੂੰ ਵਿਖਾਇਆ ਦੇਰ ਦੀ ਵਜ੍ਹਾ ਮੈਂ ਅਗਲੇ ਮੰਜ਼ਰ 'ਚ ਪੜ੍ਹਦਾ ਜੋ ਦੇਰ ਸਰ ਨੂੰ ਕਿਉਂ ਹੋਈ ਜਨਾਬ ਮੇਰੀ ਸਹਿਣ ਮਾਸੂਮਾ ਚੌਥੇ ਇਮਾਮ ਤੋਂ ਇਜਾਜ਼ਤ ਲੈ ਕੇ ਅਤੇ ਮਹਿਲ ਦੇ ਦਰਵਾਜ਼ੇ 'ਤੇ ਪਹੁੰਚੀ ਹੈ ਨਾ ਜੋ ਮੈਂ ਨਿੱਕੇ ਵੀਰ ਦਾ ਪਤਾ ਕਰਾਂ ਜੋ ਦੇਰ ਕਿਉਂ ਹੋ ਗਈ ਹੈ ਉਸ ਵੇਲੇ ਦੇਰ ਦੀ ਕਿਬਲਾ ਵਜ੍ਹਾ ਦਾ ਪਤਾ ਲੱਗਿਆ ਹੈ ਦੇਖੇ ਤਾਂ ਰਮਲਾ ਸਰ ਨੂੰ ਧਵਾ ਕੇ ਕਿਆ ਬਾਤ ਹੈ ਤੁਹਾਡੀ ਅਤੇ ਮਾਂ ਦੀਆਂ ਮਿੰਨਤਾਂ ਕਰਕੇ ਪਈ ਆਦੀ ਅੰਮਾ ਅਗਰ ਇਜਾਜ਼ਤ ਦੇਵੇ ਤਾਂ ਇਹ ਸਰ ਮੈਂ ਇਸ ਪੀਂਘ 'ਚ ਰੱਖ ਛੋੜਾਂ ਇਹਦਾ ਨੀਤੀ ਛਿੜਕ ਅੱਜ ਤੈਨੂੰ ਪਤਾ ਨਹੀਂ ਇਹ ਪੀਂਘਾ ਮੈਂ ਕਹਿੰਦੇ ਵਾਸਤੇ ਬਣਵਾਇਆ ਹੈ ਇਹ ਪੀਂਘਾ ਤਾਂ ਮੈਂ ਆਪਣੇ ਪੀਰ ਦੇ ਪੁੱਤਰ ਵਾਸਤੇ ਮਦੀਨੇ ਭੇਜਣਾ ਹੈ ਜਿਹੜੇ ਅਦਬ ਦੇ ਮਸਾਹਿਬ ਸੁਣਨ ਦੇ ਆਦੀ ਲੋਕ ਤੁਹਾਡੇ ਜ਼ਿਹਨ 'ਚ ਸਾਰਾ ਮੰਜ਼ਰ ਆ ਗਿਆ ਹੈ ਜਿਹੜਾ ਮਦੀਨਾ ਅਤੇ ਪੀਂਘਾ ਹਿੰਨਾ ਆਖਾ ਉਹ ਸੀ ਅਤੇ ਮਾਸੂਮ ਸਕੀਨਾ ਇਹ ਲਫ਼ਜ਼ ਕਿਵੇਂ ਬਰਦਾਸ਼ਤ ਕੀਤੇ ਉਸ ਆਖਿਰ ਹਿੰਦਾ ਆਦੀ ਚਲੋ ਅਗਰ ਤੂੰ ਬਹੁ ਜ਼ਿੱਦ ਕਰੇਦੀ ਹੈ ਤਾਂ ਮੈਂ ਪੀਂਘਾ ਹੋਰ ਬਣਵਾ ਲੈ ਸਾਂ ਇਹ ਸਰ ਤੂੰ ਪੀਂਘੇ 'ਚ ਰੱਖ ਕਿਬਲਾ ਰਮਲਾ ਨੇ ਸਰ ਪੀਂਘੇ 'ਚ ਰੱਖਾ ਉਸਤਾਦ ਮਰਹੂਮ ਬਾਬਾ ਰਿਆਜ਼ ਸ਼ਾਹ ਜੀ ਮੋਛਾ ਲੈ ਇਸ ਰਵਾਇਤ ਨੂੰ ਮੌਜ਼ੇ ਦੀ ਰਵਾਇਤ ਸੁਣੇਦੇ ਹਨ ਅਤੇ ਆਦਿ ਜਰਾ ਮੌਜ਼ਾ ਪੜਾ ਵੰਜੇ ਤਾਂ ਆਪਣੀ ਕੋਈ ਇੱਕ ਦੁਆ ਪਿੰਨ ਲਈ ਕਰੋ ਆਓ ਜਿਨ੍ਹਾਂ ਮਰੀਜ਼ਾਂ ਦੀਆਂ ਦੁਆਵਾਂ ਜਾਂ ਜੋ ਜੋ ਦੁਆਵਾਂ ਉਹ ਖੁਦ ਵੀ ਪਿੰਨੋ ਰਮਲਾ ਸਰ ਨੂੰ ਪੀਂਘੇ 'ਚ ਰੱਖ ਕੇ ਅਜਾ ਲੋਰੀ ਸੁਣਾਵਣੀ ਸ਼ੁਰੂ ਕੀਤੀ ਜੋ ਹਿੰਦਾਂ ਦੀ ਦਰਵਾਜ਼ੇ 'ਤੇ ਦੀਤ ਪਈ ਹੈ ਦੌੜ ਕੇ ਮਾਸੂਮਾਂ ਦੇ ਕੋਲ ਆਈਏ ਮੋਢੇ ਤੇ ਯਾਤਰਾ ਕਿਆ ਦੀਏ ਬੱਚੀ ਮੈਂ ਕੁਝ ਸਵਾਲ ਕਰਦੇ ਨੇ ਮੇਰਾ ਹਾਂ ਲਾਦਾ ਵੈਂਦਾ ਮੈਂ ਕੋਈ ਤਸੱਲੀ ਕਰਨੀ ਹੈ ਬੀਬੀ ਆਦੀ ਪੁੱਛ ਆਦੀ ਤੁਹਾਡਾ ਵਤਨ ਬੀਬੀ ਆਦੀ ਮਦੀਨਾ ਮਹੱਲਾ ਬੀਬੀ ਆਦੀ ਬਨੀ ਹਾਸ਼ਿਮ ਜਿਹਨਾਂ ਦੋ ਸਵਾਲਾਂ ਤੇ ਹਾਏ ਨਹੀਂ ਕੀਤੀ ਹਿੰਦਾਂ ਤੀਜਾ ਸਵਾਲ ਕਰਕੇ ਆਦੀ ਹੁਸੈਨ ਬਾਦਸ਼ਾਹ ਨੂੰ ਜਾਣਦੀ ਹੈ
बीबी तड़प के आदि है जिवें मैं जानती हाँ आदि मेरे पीर दे सोने पुत्रां दे नाम भी मेरे सामने चाल ऐसे बीबी आदि हां वड़ा वड़ा अली है लकब सजाते जैनुल आबेदीन है उस तो छोटा भी अली है जमाना अकबर सने दे जेड़े मजमून की तरतीब जान दियो इस इलाके वाले हो थोड़े जे बजुर्ग लोगों वास्ते पहाड़ तो वजन इशारा ये दो ना चावण दे बाद बीबी त्रीजा ना चेंदी पई आई यप्पी खेते दीद वज पई सबर दे बन त्रुट गए और बिरा दे सर दो वेख के आदि वीर भेण लुटी गई है रमला दी मां होर सवाल न कर बच्ची मर बैसी दीन झिणक रहे कि चुप कराया आदि इस राज का तेनू पता जो नहीं मैं तो कुछ तसली खड़ी करे नहीं हाँ एक सवाल मैं होर करना ही करना है आदि छोटी कह देन मेरी धी घबरावे दी है तेरे चेहरे ते जरा मौत की जर्दी आती है अपना सबर वधा और बेबिस्मिल्लाह करा मैं एक सवाल होर दी इजाजत दे बीबी आदि पूछ ले आदि जी मैं मेरे पीर दे पुत्रां दे नाम चाहे नहीं बादशाह दियां धियां दे नाम भी चाह सकदे बीबी पहला नाम चाहिया जरा मुसल्ला तेर मातम करना है बीबी नूरजा नाम चाहिया जिमें असगर दे नाते चुप कर गई आई उस शबीर दियां धियां च जरा मुकाणिया दे ज़ेहन पहुंच गए जो त्रीजा ना कहंदा आई बीबी दा अपना अपने नाम ते बीबी दियां चीखा निकल गई हिंदा सिर ते हाथ फेर के आदि ना आप रो ना मैं करवा मैं को पक के तू मदीने दी कह देने लेकिन सारे ना पुत्रां दे भी ठीक चाहे नहीं धियां दे भी बाकी ना चाह ले नहीं लेकिन जेड़ा ना भूल गया ही या तो मेरे पीर दी सब तो प्यारी धी है वह बंदा वड़ा अमीर है जैसा मातम हाथ नहीं उठा तो सा थोड़े बंदा है की मासूमा का मत्था दीवार से लगे आज दुआ मांगी आ प्यारी थी मर बजे जिन्हें हाय जाकिर की मिन्नत की वजह तू नहीं निकली खुद निकली है इन्ना झिणकने बैठी आदि ओ मासूमा दोबारा यह लफ्ज ना आखे वो तो मेरे पीर है ते मेरे पीर दी ओ प्यारी थी जेदे बगैर मेरे पीर नू चैन नहीं मिलता ते उंदे बारे आखे मर बजे मासूमा दा रोवण वधे इनू हिंदा झिणक दी हुण जड़े मौजदे दे कह लो आ भाई हुण जड़े मौजदे दे कह लो इस मलका बन के ते गरीब समझ के झिणक दी या पीघे वाला सर तड़प जिन्हां नू मजमून दी तमीज याद है ते पता है बे पींगे सर सगीर शहजादे दा आई आवाज आती है झिड़का ना दे भावे शहजादी है उकू कैदर समझ के वक्त झिड़क ना दे में मतबा दे चरो दीरा में हिंदा नू मासूमा दा ख्याल भुले दौड़ के पींगे खोलाइए बाबा पींगे चू सर चाया रो दी खड़ी है सर तो रे दी खड़ी है आदि छोटा बच्चा वो मर के गला कर लाला अपनी गुरबत वास्ता ही दसा तू कौन है ये बच्ची ना रिश्ता के रही जैसी झिड़क बर्दाश्त नहीं कर सकिया हूं जे मोजे दे कह लो असगर दे सर असगर दे तसे लभ हले रो रो के पिया ते तेरे पीर ना वाह वाह मुंह ते पिटन वाले वाह उसी ने तो पुरसा दे मना ले लेकिन एक मंजिल बुलंद कर नौकरा रबाब दा सोना चल आते तू मलक है लेकिन वे तो सही तै दे पीर दा छोटा बाता दिन जेड़ी गल रसिया
ਕੀਆਂ ਦੀ ਅੜੀ ਯਾਰ ਸ਼ਰਮਾ ਕਰੋ ਸੇ ਕੋਈ ਮੇਰੀ ਜ਼ਾਕਰੀ ਤੇ ਰੋਣ ਨਹੀਂ ਅਸਗਰ ਪਿਆ ਤੇ ਤੇਰੇ ਪੀਰ ਦਾ उस्ताद पढ़दिया जरा ही तुम पता लगे अल्लाह वास्ते के तो मेरे पीर का बेड़ा उजड़ा है दीवार ते टक्कर मारियस आदे फेर ते फिरा हिंदा दिए फेर ते फिरा एदे छोटे सांडे च कल्ले कीवे रल गए हो यार लफ्ज़ से कल्ला मुंह चो निकले उसले असगर दे सर ने परवाज कीता है आदे हिंदा असा कल्ले तो नहीं तर आवाज़ आती है दरबार हाथ ना जोड़ो हाथ ना जोड़ो मौजदा बन गया है असगर पिया ते दरबार